ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਹੈ ਜੀ ਜੋਤ ਰੰਧਾਵਾ ਅਤੇ ਇਸ ਚੈਨਲ ਉੱਤੇ ਮੈਂ ਪੰਜਾਬੀ ਬੋਲੀ ਅਤੇ ਭਾਸ਼ਾ ਦੀ ਗੱਲ ਕਰਦੀ ਹਾਂ। ਮੈਂ ਸ਼ੁਰੂ ਵਿੱਚ ਹੀ ਇਹ ਗੱਲ ਕਹੀ ਸੀਗੀ ਕਿ ਇਸੇ ਚੈਨਲ ਉੱਤੇ ਆਪਾਂ ਅੰਗਰੇਜ਼ੀ ਦੀ ਵੀ ਗੱਲ ਕਰਾਂਗੇ। ਸੋ ਅੱਜ ਉਹਦੀ ਪਹਿਲੀ ਵੀਡੀਓ ਹੈਗੀ ਹੈ। ਇਸ ਕੜੀ ਵਿੱਚ ਆਪਾਂ ਸ਼ੁਰੂਆਤ ਕਰਾਂਗੇ ਐਲਫਾਬੈਟਸ ਤੋਂ, ਭਾਵ ਕਿ ਵਰਣਮਾਲਾ। ਅੰਗਰੇਜ਼ੀ ਦੇ ਐਲਫਾਬੈਟਸ ਏ ਤੋਂ ਲੈ ਕੇ ਜ਼ੈਡ ਤੱਕ ਕਿਵੇਂ ਉਹਨਾਂ ਦਾ ਉਚਾਰਨ ਹੁੰਦਾ ਹੈ ਅਤੇ ਤੁਸੀਂ ਉਹਨਾਂ ਨੂੰ ਕਿਵੇਂ ਲਿਖਣਾ ਹੈਗਾ, ਅੱਜ ਦੀ ਵੀਡੀਓ ਵਿੱਚ ਆਪਾਂ ਉਸੇ ਬਾਰੇ ਗੱਲ ਕਰਾਂਗੇ। ਸੋ ਚਲੋ ਅੱਜ ਦੀ ਵੀਡੀਓ ਨੂੰ ਸ਼ੁਰੂ ਕਰਦੇ ਹਾਂ। ਐਲਫਾਬੈਟਸ ਨੂੰ ਸਿੱਖਣਾ ਬਹੁਤ ਜ਼ਰੂਰੀ ਹੈ। ਜੇ ਤੁਹਾਨੂੰ ਇਹਨਾਂ ਦਾ ਉਚਾਰਨ ਆਉਂਦਾ ਹੈ ਫਿਰ ਤੁਸੀਂ ਵਰਡ ਫਾਰਮੇਸ਼ਨ ਕਰ ਸਕਦੇ ਹੋ, ਭਾਵ ਸ਼ਬਦ ਜੋੜ ਕਰ ਸਕਦੇ ਹੈਗੇ। ਸੋ ਚਲੋ ਪਹਿਲੇ ਐਲਫਾਬੈਟ ਦੀ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਆਉਂਦਾ ਹੈ ਏ। ਆਮ ਤੌਰ ਤੇ ਪੰਜਾਬ ਵਿੱਚ ਵੀ ਆਸਾਨੀ ਨਾਲ ਅਸੀਂ ਨਰਸਰੀ ਤੋਂ ਪੜ੍ਹਦੇ ਆ ਰਹੇ ਹੈਗੇ ਹਾਂ, ਸੋ ਏ ਨੂੰ ਬੋਲਣਾ ਬਹੁਤ ਹੀ ਸੌਖਾ ਅਤੇ ਸਰਲ ਹੁੰਦਾ ਹੈਗਾ। ਜੇ ਤੁਸੀਂ ਕੈਪੀਟਲ ਏ ਦੀ ਗੱਲ ਕਰੋ ਤਾਂ ਫਿਰ ਇਹ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈਗਾ, ਅਤੇ ਜੇ ਤੁਸੀਂ ਲੋਅਰ ਕੇਸ ਜਾਂ ਫਿਰ ਸਮਾਲ ਲੈਟਰਸ ਦੀ ਗੱਲ ਕਰੋ ਤਾਂ ਏ ਨੂੰ ਇਸ ਤਰ੍ਹਾਂ ਲਿਖਿਆ ਜਾਂਦਾ ਹੈਗਾ। ਪੰਜਾਬੀ ਵਿੱਚ ਜੇ ਆਪਾਂ ਬੱਬੇ ਨੂੰ ਬਿਹਾਰੀ ਲਾ ਦਈਏ ਸੋ ਬੀ ਜਿਵੇਂ ਬੋਲਿਆ ਜਾਂਦਾ ਹੈਗਾ, ਬਿਲਕੁਲ ਉਸੇ ਤਰੀਕੇ ਨਾਲ ਹੀ ਇਹ ਦੂਸਰਾ ਐਲਫਾਬੈਟ ਬੋਲਿਆ ਜਾਂਦਾ। ਅਗਲਾ ਐਲਫਾਬੈਟ ਹੈ ਸੀ। ਇਹ ਕੈਪੀਟਲ ਲੈਟਰ ਅਤੇ ਲੋਅਰ ਕੇਸ ਦੇ ਵਿੱਚ ਸੇਮ ਜਿਹਾ ਹੀ ਲਿਖਿਆ ਜਾਂਦਾ ਹੈਗਾ, ਸਿਰਫ ਜਦੋਂ ਆਪਾਂ ਅਪਰ ਕੇਸ ਜਾਂ ਫਿਰ ਕੈਪੀਟਲ ਲੈਟਰ ਦੀ ਗੱਲ ਕਰਦੇ ਹੈਗੇ ਹਾਂ ਇਹਦਾ ਆਕਾਰ ਥੋੜਾ ਜਿਹਾ ਵੱਡਾ ਹੋ ਜਾਂਦਾ ਹੈ। ਅਗਲਾ ਐਲਫਾਬੈਟ ਹੈ ਡੀ। ਅਗਲਾ ਐਲਫਾਬੈਟ ਹੈ ਈ। ਅਗਲਾ ਐਲਫਾਬੈਟ ਹੈ ਐਫ। ਕੈਪੀਟਲ ਲੈਟਰਸ ਦੇ ਵਿੱਚ ਇਹਨੂੰ ਲਿਖਣਾ ਬਹੁਤ ਸੌਖਾ ਹੈ, ਇੱਕ ਲਾਈਨ ਦੇ ਨਾਲ ਤੁਸੀਂ ਦੋ ਲਾਈਨਸ ਜੋੜ ਦੇਣੀਆਂ ਹਨ, ਪਰ ਜਦੋਂ ਆਪਾਂ ਸਮਾਲ ਲੈਟਰ ਦੀ ਗੱਲ ਕਰਦੇ ਹਾਂ ਤਾਂ ਇਹ ਇਸ ਤਰੀਕੇ ਨਾਲ ਲਿਖਿਆ ਜਾਂਦਾ ਹੈ। ਅਗਲਾ ਐਲਫਾਬੈਟ ਹੈ ਜੀ। ਅਗਲਾ ਐਲਫਾਬੈਟ ਹੈ ਐਚ। ਧਿਆਨ ਨਾਲ ਸੁਣੋ, ਇਹ ਹੈ ਐਚ, ਇਹ ਐਚ ਨਹੀਂ ਹੈ। ਪੰਜਾਬ ਵਿੱਚ ਆਪਾਂ ਜਦੋਂ ਵੀ ਇਹਨੂੰ ਬੋਲਦੇ ਹਾਂ ਆਪਾਂ ਇਹਨੂੰ ਐਚ ਕਹਿੰਦੇ ਹਾਂ, ਇਹ ਐਚ ਨਹੀਂ ਹੈ, ਇਹ ਐਚ ਹੈ। ਅਗਲਾ ਐਲਫਾਬੈਟ ਹੈ ਆਈ। ਇਹ ਆਈ ਨਹੀਂ ਹੈ, ਸੋ ਇਹ ਐਲਫਾਬੈਟ ਹੈ ਆਈ। ਕੈਪੀਟਲ ਦੇ ਵਿੱਚ ਇਹਨੂੰ ਤੁਸੀਂ ਇਸ ਤਰ੍ਹਾਂ ਲਿਖ ਸਕਦੇ ਹੋ ਅਤੇ ਸਮਾਲ ਲੈਟਰ ਜਾਂ ਫਿਰ ਲੋਅਰ ਕੇਸ ਦੇ ਵਿੱਚ ਇਹਨੂੰ ਆਪਾਂ ਇਸ ਤਰੀਕੇ ਨਾਲ ਇੱਕ ਬਿੰਦੀ ਦੇ ਨਾਲ ਲਿਖਦੇ ਹਾਂ। ਅਗਲਾ ਐਲਫਾਬੈਟ ਹੈ ਜੇ। ਅਗਲਾ ਐਲਫਾਬੈਟ ਹੈ ਕੇ। ਲਿਖਤੀ ਰੂਪ ਵਿੱਚ ਕੈਪੀਟਲ ਵਿੱਚ ਇਦਾਂ ਦਾ ਹੁੰਦਾ ਹੈ ਅਤੇ ਸਮਾਲ ਲੈਟਰਸ ਦੇ ਵਿੱਚ ਇਦਾਂ ਦਾ ਲਿਖਿਆ ਜਾਂਦਾ ਹੈ। ਅਗਲਾ ਐਲਫਾਬੈਟ ਹੈ ਐਲ। ਸੋ ਇੱਥੇ ਬਿਲਕੁਲ ਥੋੜਾ ਜਿਹਾ ਤੁਸੀਂ ਭਾਰ ਦੇਣਾ ਹੈਗਾ, ਇਹ ਹੈ ਐਲ ਨਾ ਕਿ ਐਲ। ਅਗਲਾ ਐਲਫਾਬੈਟ ਹੈ ਐਮ। ਤੁਹਾਡੇ ਬੁੱਲ ਦੋਵੇਂ ਆਪਸ ਵਿੱਚ ਬੰਦ ਹੋ ਜਾਣਗੇ, ਐਮ। ਅਗਲਾ ਐਲਫਾਬੈਟ ਹੈ ਐਨ। ਤੁਹਾਡਾ ਮੂੰਹ ਖੁੱਲਾ ਰਹੇਗਾ, ਐਨ। ਅਗਲਾ ਐਲਫਾਬੈਟ ਹੈ ਓ। ਕੈਪੀਟਲ ਅਤੇ ਸਮਾਲ ਤਕਰੀਬਨ ਇੱਕੋ ਜਿਹੇ ਹੀ ਲਿਖੇ ਜਾਂਦੇ ਹਨ। ਅਗਲਾ ਐਲਫਾਬੈਟ ਹੈ ਪੀ। ਕੈਪੀਟਲ ਅਤੇ ਸਮਾਲ ਇਹ ਵੀ ਤਕਰੀਬਨ ਇੱਕੋ ਜਿਹੇ ਹੀ ਹੁੰਦੇ ਹਨ। ਅਗਲਾ ਐਲਫਾਬੈਟ ਹੈ ਕਿਊ। ਇਹਨੂੰ ਬੋਲਣ ਲੱਗਿਆਂ ਪੰਜਾਬ ਵਿੱਚ ਬਹੁਤ ਗਲਤੀਆਂ ਕੀਤੀਆਂ ਜਾਂਦੀਆਂ ਹਨ, ਇਹ ਕਿਊ ਨਹੀਂ ਹੈ, ਇਹ ਹੈ ਕਿਊ। ਅਗਲਾ ਐਲਫਾਬੈਟ ਹੈ ਆਰ।
ਅਗਲਾ ਐਲਫਾਬੈਟ ਹੈ ਐਸ। ਕੈਪੀਟਲ ਅਤੇ ਸਮਾਲ ਤਕਰੀਬਨ ਇੱਕੋ ਜਿਹੇ ਹੀ ਹੁੰਦੇ ਹਨ। ਅਗਲਾ ਐਲਫਾਬੈਟ ਹੈ ਟੀ। ਕੈਪੀਟਲ ਵਿੱਚ ਲਿਖਣਾ ਬਹੁਤ ਆਸਾਨ ਹੈ ਅਤੇ ਲੋਅਰ ਕੇਸ ਵਿੱਚ ਵੀ ਬਹੁਤ ਆਸਾਨੀ ਨਾਲ ਲਿਖਿਆ ਜਾਂਦਾ ਹੈ। ਅਗਲਾ ਐਲਫਾਬੈਟ ਹੈ ਯੂ। ਅਗਲਾ ਐਲਫਾਬੈਟ ਹੈ ਵੀ। ਨੈਕਸਟ ਐਲਫਾਬੈਟ ਹੈ ਡਬਲਯੂ। ਧਿਆਨ ਰੱਖੋ ਇਹ ਡਬਲ ਯੂ ਹੈ, ਇਹ ਡਬਲ ਯੂ ਨਹੀਂ ਹੈ। ਸੋ ਇਹ ਹੈ ਡਬਲ ਯੂ। ਯੂ ਨੂੰ ਤੁਸੀਂ ਦੋ ਵਾਰ ਪਾਇਆ ਤਾਂ ਇਸ ਕਰਕੇ ਇਹ ਡਬਲ ਯੂ ਹੋ ਗਿਆ ਹੈ। ਸੋ ਇਹ ਐਲਫਾਬੈਟ ਹੈ ਡਬਲ ਯੂ। ਨੈਕਸਟ ਐਲਫਾਬੈਟ ਹੈ ਐਕਸ। ਤੁਹਾਡੇ ਮੂੰਹ ਦੇ ਵਿੱਚੋਂ ਇੱਕਦਮ ਦੀ ਆਵਾਜ਼ ਨਿਕਲੇਗੀ, ਸੋ ਇਹ ਹੈ ਐਕਸ। ਅਗਲਾ ਐਲਫਾਬੈਟ ਹੈ ਵਾਈ। ਇਹ ਵਾਈ ਨਹੀਂ ਹੈ, ਸੋ ਇਹ ਹੈ ਵਾਈ। ਲਾਸਟ ਐਲਫਾਬੈਟ ਆਉਂਦਾ ਹੈ ਜ਼ੈਡ। ਇਹਨੂੰ ਜ਼ੀ ਵੀ ਆਖਿਆ ਜਾਂਦਾ ਹੈਗਾ, ਸੋ ਜ਼ੈਡ ਜਾਂ ਫਿਰ ਜ਼ੀ। ਕੈਪੀਟਲ ਅਤੇ ਸਮਾਲ ਇਹ ਇੱਕੋ ਜਿਹਾ ਵੀ ਪਾਇਆ ਜਾਂਦਾ ਹੈ ਅਤੇ ਕਈ ਵਾਰੀ ਥੋੜ੍ਹਾ ਜਿਹਾ ਵੱਖਰੇਵਾਂ ਵੀ ਕਰ ਲਿਆ ਜਾਂਦਾ ਹੈ। ਸੋ ਇੱਕ ਵਾਰੀ ਜਦੋਂ ਇਹ 26 ਐਲਫਾਬੈਟਸ ਕੰਪਲੀਟ ਹੋ ਗਏ ਹਨ, ਹੁਣ ਇੱਕ ਵਾਰੀ ਆਪਾਂ ਇਹਨਾਂ ਨੂੰ ਇਕੱਠਿਆਂ ਪੜ੍ਹ ਲੈਂਦੇ ਹਾਂ। ਸੋ ਇਹ ਹਨ ਏ ਬੀ ਸੀ ਡੀ ਈ ਐਫ ਜੀ ਐਚ ਆਈ ਜੇ ਕੇ ਐਲ ਐਮ ਐਨ ਓ ਪੀ ਕਿਊ ਆਰ ਐਸ ਟੀ ਯੂ ਵੀ ਡਬਲਯੂ ਐਕਸ ਵਾਈ ਜ਼ੈਡ। ਸੋ ਇਹ ਸੀ ਅੱਜ ਦੀ ਵੀਡੀਓ। ਇਹਨਾਂ ਸਾਰੇ 26 ਐਲਫਾਬੈਟਸ ਨੂੰ ਜਦੋਂ ਤੁਸੀਂ ਵਾਰ ਵਾਰ ਦੁਹਰਾਵੋਗੇ ਤਾਂ ਤੁਹਾਡਾ ਉਚਾਰਨ ਜੇ ਖਰਾਬ ਹੈਗਾ ਤਾਂ ਠੀਕ ਹੋ ਜਾਵੇਗਾ। ਸੋ ਅੱਜ ਦੀ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਹੈਗੇ ਹਾਂ। ਜੇ ਤੁਹਾਨੂੰ ਪਸੰਦ ਆਈ ਹੈਗੀ ਹੈ ਲਾਈਕ ਕਰਿਓ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ। ਉਦੋਂ ਤੱਕ ਦੇ ਲਈ ਧੰਨਵਾਦ।